ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡੇ? ਆਪਾਂ ਇਕਦਮ ਵਧੀਆ ਤੇ ਅੱਜ ਆਪਾਂ ਜਾਵਾਂਗੇ ਗੁਰਦੁਆਰਾ ਨਾਗੀਆਣਾ ਸਾਹਿਬ ਤੇ ਤੁਹਾਨੂੰ ਉਧਰ ਦਾ ਇਤਿਹਾਸ ਪਤਾ ਹੀ ਹੋਵੇਗਾ ਤੇ ਉੱਥੇ ਗੁਰੂ ਜੀ ਟਾਹਲੀ ਥੱਲੇ ਬੈਠੇ ਸੀ ਤੇ ਇੱਕ ਸੱਪ ਨੇ ਉੱਥੇ ਜਾ ਕੇ ਛਾਂ ਕੀਤੀ ਸੀ। ਉੱਥੇ ਜਾ ਕੇ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ ਤੇ ਹੁਣ ਆਪਾਂ ਚੱਲੇ ਹਾਂ ਗੱਡੀ ਤੇ ਗੱਡੀ ਆਪਾਂ ਕੱਢ ਲਈ ਆ ਤੇ ਹੁਣ ਜਾ ਕੇ ਖਾਵਾਂਗੇ। ਚਲੋ ਮਿਲਦੇ ਹਾਂ ਫਿਰ। रो पी के चले गड्डी ते जाने हुण इत्थे नागीणा साहिब। वाहिगुरू जी। इत्थे लोकां ने नाग चढ़ाए आ। इत्थे जिवें किसे नूं कख लग जांदा सप्प दा, इत्थे आ के सप्प चढ़ा दे ते ओह तुहानूं इक दवाई दिंदे लाउण लई ते उहना कख बिलकुल ठीक हो जांदा। नाग ने सच्चे पातशाह ते बरमी साहिब ने बाल बाई इच्छा धारी नाग देवता ने जिहना पाकिस्तान च ਜਿਹੜੀ ਲੜਾਈ ਕੋਈ ਤਰੌਂਡੀ ਪਿੰਡ ਦੇ ਵਿੱਚ ਤੇ ਬਾਬਾ ਨਾਨੀ ਬਚਪਨ ਮੱਝਾਂ ਚਾਰੀਆਂ ਤੇ ਜਦੋਂ ਬਾਬਾ ਨਾਨੀ ਛਾਵੇਂ ਲੇਟ ਕੇ ਆਪਣਾ ਸਾਡੀ ਛਾਵੇਂ ਧੁੱਪ ਆ ਗਈ ਚਿਹਰੇ ਤੇ ਇਹ ਸ਼ੇਸ਼ਨਾਗ ਨੇ ਛਾਂ ਕਰਤੀ ਤੇ ਬਾਬੇ ਨਾਨਵੇਂ ਧੰਨ ਗੁਰੂ ਨਾਨਕ ਬਾਬੇ ਗਿਆ ਕਿੱਥੇ ਫੂਕ ਮਾਰ ਕੇ ਸਾੜ ਦੇ ਪਰਬਤਾਂ ਨੂੰ ਕਿੱਥੇ ਗਿਆ ਯਾਰ ਯਾ ਯਾਰ ਤੇਰਾ ਪਰ ਉਹ ਸ਼ੀਸ਼ੀ ਦਾ ਮਾਲਕ ਹੀ ਤੇ ਇਹ ਮੱਝਾਂ ਆਪਣੀਆਂ ਚਰਗੀਆਂ ਫਸਲਾਂ ਚ ਮੱਝਾਂ ਉਜਾੜ ਗਿਆ ਫਸਲ ਜਦੋਂ ਵੇਖਣਾ ਤਾਂ ਫਸਲ ਦੂਣੀ ਹਰੀ ਭਰੀ ਹੋ ਗਈ। ਬਾਅਦ 'ਚ ਫਿਰ ਬਚਪਨ ਦੇ ਵਿਛੜੇ ਨਾਲ ਬਾਬਾ ਜੀ ਇੱਥੇ ਆਏ ਕੇ ਸੇਵਕਾਂ ਦੇ ਘਰ ਉਦੋਂ ਕੇ ਪਿੰਡ ਦੇ ਵਿੱਚ 9 ਮਹੀਨੇ 26 ਦਿਨ ਰਹੇ। ਇੱਥੇ ਫਿਰ ਬਾਬੇ ਸ਼ੇਸ਼ ਨਾਗ ਦਾ ਮੇਲ ਹੋਇਆ ਬਾਬੇ ਨਾਨਕ ਨਾਲ ਅਤੇ ਬਾਬੇ ਨਾਨਕ ਨੇ ਕਿਹਾ ਕਿ ਤੂੰ ਹੁਣ ਤੇਰਾ ਸਰੂਪ ਬਹੁਤ ਵੱਡਾ ਵਾ, ਤੇਰੋ ਇੱਥੇ ਤੂੰ ਰਹੋ ਅਤੇ ਇੱਥੇ ਤੇਰੇ ਦੁਨੀਆਂ ਆਇਆ ਕਰੂਗੀ ਅਤੇ ਅਕਸ਼ਤੀਆਂ ਲੋਕਾਂ ਦਾ ਆਰਾਮ ਆਇਆ ਕਰੂਗਾ। ਅਤੇ ਦੇਵਤਾ ਇੱਥੇ 5 ਵਾਰੀ ਉਹਦਾ ਰੱਖ ਹੁੰਦੀ ਬਰਮੀ ਸਾਹਿਬ ਦੀ ਅਰਦਾਸ ਕਰਕੇ ਚੁੱਕੇ ਲਿਆਉਂਦੇ ਆ ਬਾਬਾ ਜੀ ਬਰਮੀਆਂ ਦੀ ਅਤੇ ਉਹਦਾ ਕੋਈ ਪੈਸਾ ਨਹੀਂ ਲਈਦਾ। ਦੇਵਤੇ ਹੁੰਦੇ ਆ ਚੜਾਏ ਲੋਕ ਬਣਾ ਜਿਹੜੇ ਚੜਾਉਂਦੇ ਸ਼ਰਧਾ ਨਾਲ ਉਹਦਾ ਇਸ਼ਨਾਨ ਕਰਕੇ ਅਤੇ ਬਾਬਾ ਜੀ ਗਾੜੀ ਚੜਾਉਂਦੇ ਆ ਅਤੇ ਰੱਖ ਦਾ ਪ੍ਰਸ਼ਾਦ ਦੇਈਦਾ ਬੋਲੀ ਸਾਹਿਬ ਦਾ ਜਾਲ ਵਾ ਵਾਰ ਵਾ ਬਾਬਾ ਜੀ ਦਾ ਉਹ ਦੇਈਦਾ ਛਕਣ ਵਾਸਤੇ ਪੈਸਾ ਨਹੀਂ ਕੋਈ ਲਈਦਾ ਅਤੇ 5 ਵਾਰੀ ਚੌਂਕੀ ਭਰਨੀ ਪੈਂਦੀ ਆ ਅਤੇ ਹੋਰ ਜੋ 10-5 ਰੁਪਈਏ ਪਾ ਜਾਏ ਉਹਦਾ ਲੰਗਰ ਚੱਲਦਾ ਅਤੇ ਬਾਬਾ ਜੀ ਫਿਰ ਪਿੱਛਿਆ ਦਾ ਨਾਗ ਦਿੱਤਾ ਮੈਨੂੰ 15 ਸਾਲ ਹੋ ਗਏ ਆਉਂਦੇ ਹਨ ਬਾਬਾ ਜੀ ਮੈਨੂੰ ਦਰਸ਼ਨ ਦੇ ਜਾਂਦੇ ਆ ਇੱਥੇ ਮੈਂ ਬੈਠਿਆ ਕਹਿਦਾ ਕੋਈ ਚੀਜ਼ ਤਾਂ ਬਾਬਾ ਜੀ ਮੰਨ ਲੈਂਦੇ ਆ ਬਾਬਾ ਜੀ ਮਿਹਰ ਕਰ ਦਿਓ ਕਈਆਂ ਦੇ ਪਹਿਰਾ ਆ ਜਾਂਦਾ ਬਾਬਾ ਜੀ ਤੇਲ ਦਿਆ ਬਾਬਾ ਜੀ ਦਾ ਪੂਰਾ ਪ੍ਰਵੇਸ਼ ਕਰ ਜਾਂਦੇ ਆ ਫਿਰ ਉਹ ਤਰੌਂਕਾ ਜਲ ਦੇਈਦਾ ਅਤੇ ਛਾਂ ਹੋ ਜਾਂਦੇ ਆ ਅਤੇ ਜੇ ਫਿਰ 5 ਚੌਂਕੀਆਂ 'ਚ ਆਰਾਮ ਆ ਜਾਂਦਾ ਅਤੇ ਭਾਵੇਂ ਗਲਿਆ ਹੋਏ ਭਾਵੇਂ ਕਿਤੇ ਹੋਏ ਕਾਫੀ ਇੱਕਦਮ ਇੱਕ ਅਗਰ ਅਸੀਂ ਮਰੀਜ਼ ਦੀ ਲੱਤ ਕੱਟਣ ਲੱਗੇ ਡਾਕਟਰ ਜਵਾਬ ਦਿੱਤਾ ਮੱਸਾ ਸੰਭਾਲਦਾ ਸੀ ਅਤੇ ਉਹਨੇ ਅਖੀਰ ਆਖਿਆ ਕਿ ਮੈਂ ਕਦੇ ਮੱਥਾ ਟੇਕਾਂ ਬਾਬਾ ਜੀ ਜਾ ਕੇ ਲੱਤ ਉਹਨਾਂ ਦੀ ਕੱਟੀ ਜਾਣੀ ਅਤੇ ਉਹਨੂੰ ਕਿ 10 ਪਾ ਦੀ ਕਿ ਮੱਥਾ ਟੇਕਣਾ ਬਾਬਾ ਜੀ 3 ਦਿਨ ਉਹ ਠੀਕ ਹੋ ਗਏ ਫਰਕ ਪੈ ਗਿਆ ਮਰੀਜ਼ ਰੱਖ ਖੜੀ ਦੇ ਚੋਂ ਅਤੇ ਹੁਣ 3 ਸਾਲ ਉਹਨੇ ਉਹਦੀ ਸੋਨੇ ਵਰਗੀ ਲੱਤ ਹੋ ਗਈ ਆ ਇਹਦੇ ਕੱਟਣੀ ਪੈਣੀ ਅਤੇ ਤਿਆਰ ਮੇਲਾ ਬਾਬਾ ਜੀ ਲੱਗਦਾ ਕੋਈ ਮਰੀਜ਼ ਨਹੀਂ ਆਉਂਦਾ ਵੀ ਮੈਨੂੰ ਆਰਾਮ ਨਹੀਂ ਇੱਕ ਸ਼ਰਤ ਬਾਬਾ ਜੀ ਰੱਖੀ ਆ ਵੀ ਆਟਾ ਮੇਰੀ ਸ਼ਰਾਬ ਦੇ ਲਈ ਲਾਗੇ ਜਾਣਾ ਉਹ ਰਹਿਤ ਰੱਖਣੀ ਆ ਅਤੇ ਰੱਖ ਸਕਿਆ ਬਸ ਆਰਾਮ ਆ ਜਾਂਦਾ ਦੂਜੇ ਲਾਉਣੇ ਜਲ 'ਚ ਮਿਲਾ ਕੇ ਲਾਈ ਦੀ ਆ ਅਤੇ ਹੁਣ ਇੱਕ ਮਰੀਜ਼ ਆਏ ਤੜਫਣ ਅਸੀਂ ਦੱਸਦਾ ਬਾਬਾ ਜੀ ਉਹਨੇ ਕਿਤੇ ਬਰਮੀ ਸਾਹਿਬ ਛੇੜਛਾੜ ਕੀਤੀ ਹਾਰ ਲਾ ਤੀ ਅਤੇ ਖਲੋਤਾ ਨਹੀਂ ਜਾਣ ਡਿਆ ਜਦੋਂ ਬਾਬਾ ਜੀ ਗਾੜੀ ਗਏ ਮੈਂ ਬਾਬੇ ਚੜਾਓ ਦੇਵਤੇ ਇਸ਼ਨਾਨ ਕਰਾ ਕੇ ਅਤੇ ਅੰਦਰ ਆਇਆ ਗਿਆ ਅਤੇ ਮੈਂ ਰੱਖ ਜਗਾਈ ਅਤੇ ਪਛਾਣਿਆ ਨੇ ਗਿਆ ਵੀ ਉਹ ਹੀ ਆ ਅੱਧੇ ਮਿੰਟ 'ਚ ਬਾਬੇ ਨੇ ਠੀਕ ਕਰਤਾ ਅਤੇ ਮੈਂ ਬਾਬੀ ਬਟਾਲੇ ਆਉਣਾ 15 ਸਾਲ ਬਾਬੇ ਸੇਵਾ ਕਦੀ ਜਿਹਨੇ ਚੌਕੀ ਜੀ ਭਾਂਡਿਆ ਸੇਵਾ ਲੰਬਰ ਸੇਵਾ ਇੱਥੇ ਸੇਵਾ ਅਤੇ ਬਾਬਾ ਜੀ ਨੇ ਬੜਾ ਦਿੱਤਾ ਗਿਣਿਆ ਨਹੀਂ ਜਾ ਸਕਦਾ ਅਤੇ ਬਾਬੇ ਨੇ ਡਿਊਟੀ ਲਾਈ ਆ ਅਤੇ ਇੱਥੇ ਆਰਾਮ ਆਉਂਦਾ ਕੱਖ ਲੱਗੇਦਾ ਕੜੇ ਕੜੇ ਦਾ ਕੜਾ